ਤੁਸੀਂ ਵੇਖ ਰਹੇ ਹੋ ਤਹਿਲਕਾ ਪੰਜਾਬ। ਮੈਂ ਹਾਂ ਵਿਜੇਪਾਲ ਸਿੰਘ ਤੇਜੀ। ਤਹਿਲਕਾ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ 'ਤੇ ਜਿੱਥੇ ਕਿ ਰਾਜ ਭਰ ਦੇ ਵਿੱਚ 31 ਅਕਤੂਬਰ ਤੋਂ 13 ਨਵੰਬਰ ਤੱਕ ਵੱਖ ਵੱਖ ਪਿੰਡਾਂ ਦੇ ਵਿੱਚ ਮੁਫ਼ਤ ਕਾਨੂੰਨੀ ਸੇਵਾਵਾਂ ਸੰਬੰਧੀ ਜਾਗਰੂਕ ਸੈਮੀਨਾਰ ਲਗਾਏ ਜਾ ਰਹੇ ਹਨ। ਉੱਥੇ ਫਗਵਾੜਾ ਦੇ ਨਜ਼ਦੀਕ ਪਿੰਡ ਢੱਕ ਪਟੋਰੀ ਵਿਖੇ ਵੀ CJM ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵੱਲੋਂ ਮੁਫ਼ਤ ਕਾਨੂੰਨ ਸੰਬੰਧੀ ਜਾਗਰੂਕ ਸੈਮੀਨਾਰ ਗ੍ਰਾਮ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਲਵਾਇਆ ਗਿਆ, ਜਿੱਥੇ ਕਿ ਜ਼ਿਲ੍ਹਾ ਕਪੂਰਥਲਾ ਦੀ ਪੂਰੀ ਟੀਮ ਨੇ ਆਮ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਸੰਬੰਧੀ ਮੁਫ਼ਤ ਸੇਵਾਵਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਜ਼ਿਲ੍ਹਾ ਕਾਨੂੰਨ ਸੇਵਾਵਾਂ ਅਥਾਰਟੀ ਫਗਵਾੜਾ ਕਪੂਰਥਲਾ ਨਾਲ ਸੰਪਰਕ ਕਰਕੇ ਕਾਨੂੰਨੀ ਸੇਵਾਵਾਂ ਪ੍ਰਾਪਤ ਕਰ ਸਕਦਾ ਹੈ ਤਾਂ ਕਿ ਉਹ ਆਪਣੇ ਜੀਵਨ ਨੂੰ ਸੁਖਾਲਾ ਬਣਾ ਸਕੇ। ਇਸ ਮੌਕੇ ਸਰਪੰਚ ਬੀਬੀ ਸੁਰਜੀਤ ਕੌਰ ਜੀ ਢੱਕ ਪੰਡੋਰੀ, ਸਰਪੰਚ ਓਮ ਪ੍ਰਕਾਸ਼ ਜੀ ਜਿੰਦੋਵਾਲ, ਉੱਘੇ ਸਮਾਜ ਸੇਵਕ ਸਤਪਾਲ ਪੰਡੋਰੀ, ਧਨਪਤ ਰਾਏ, ਸ਼ਾਦੀ ਰਾਮ, ਨਿਰਮਲ ਦਾਸ, ਵੀਰ ਸਿੰਘ, ਪੰਚਾਇਤ ਸੈਕਟਰੀ ਮਲਕੀਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਦੇ ਵਿੱਚ ਇਲਾਕਾ ਨਿਵਾਸੀ ਅਤੇ ਪਿੰਡ ਵਾਸੀ ਹਾਜ਼ਰ ਸਨ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਗ੍ਰਾਮ ਪੰਚਾਇਤ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪਿੰਡ ਢੱਕ ਪੰਡੋਰੀ ਤੋਂ RD ਰਾਮਾ ਦੀ ਵਿਸ਼ੇਸ਼ ਰਿਪੋਰਟ। ਅੱਜ ਇਹ ਲੋਕ ਅਦਾਲਤ ਲੱਗੀ ਹੈ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਅੱਜ ਦਾ ਜਿਹੜਾ ਸਾਡਾ ਮੰਤਵ ਹੈਗਾ ਫ੍ਰੀ ਲੀਗਲ ਏਡ ਦਾ ਕੈਂਪ ਅਸੀਂ ਢੱਕ ਪੰਡੋਰੀ ਵਿਖੇ ਲਾ ਆਏ ਹੋਏ ਹਾਂ ਅਸੀਂ, ਜਿਹਦੇ ਵਿੱਚ ਜਿਹੜੇ ਪਿੰਡ ਦੇ ਜਿਹੜੇ ਵਿਅਕਤੀ ਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਸਾਨੂੰ ਕੀਮਤੀ ਟਾਈਮ ਦੇ ਕੇ ਸਾਨੂੰ ਉੱਥੇ ਆਉਣ ਦਾ ਮੌਕਾ ਦਿੱਤਾ। ਫ੍ਰੀ ਲੀਗਲ ਏਡ ਜਿਹੜੀ ਹੈਗੀ ਆ ਸਾਡੀ ਫਗਵਾੜਾ ਫਰੰਟ ਆਫਿਸ ਫਗਵਾੜਾ ਕਚਹਿਰੀ ਬਣਿਆ ਹੋਇਆ, ਜਿਹਦੇ ਵਿੱਚ ਅਸੀਂ ਹਰ ਕਿਸੇ ਕੈਟਾਗਰੀ ਦਾ ਅਸੀਂ ਫੋਰਮ ਭਰਦੇ ਹਾਂ ਫ੍ਰੀ ਆਫ ਕੋਸਟ, ਜਿਹਦੇ ਵਿੱਚ ਉਹਨਾਂ ਦਾ ਆਧਾਰ ਕਾਰਡ ਦਾ ਸਰਟੀਫਿਕੇਟ ਲੱਗਣੇ ਜ਼ਰੂਰੀ ਹੁੰਦੇ ਆ ਔਰ ਇਮੀਡੀਏਟ ਅਸੀਂ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਵਕੀਲ ਪ੍ਰੋਵਾਈਡ ਕਰ ਦਿੰਦੇ ਹਾਂ, ਜਿਹਦੇ ਵਿੱਚ ਉਹਦਾ 5 ਸਾਲ 10 ਸਾਲ ਕੋਈ ਵੀ ਕੇਸ ਚੱਲਦਾ ਉਹਦਾ ਜਿਹੜਾ ਸਾਰਾ ਖਰਚਾ ਉਹ ਸਰਕਾਰ ਕਰਦੀ ਹੈ। ਸੋ ਮੇਰੀ ਬੇਨਤੀ ਹੈ ਸਭ ਲੋਕਾਂ ਅੱਗੇ ਵੀ ਜਿਹੜੀ ਇਹਦੀ ਸਰਕਾਰ ਜਿਹੜੀ ਸਕੀਮ ਆ ਉਹਦਾ ਵੱਧ ਤੋਂ ਵੱਧ ਫਾਇਦਾ ਚੁੱਕੇ। ਕਿਹੜੇ ਕਿਹੜੇ ਕੇਸ ਨੇ ਜਿਹਨਾਂ ਦਾ ਇਹ ਲਾਭ ਲੈ ਸਕਣਗੇ? ਇਹ ਜਿਹੜੀ ਹੈਗਾ ਫ੍ਰੀ ਲੀਗਲ ਏਡ ਔਰ ਆਲ ਕੈਟਾਗਰੀ ਦੇ ਲਈ ਹੈਗਾ, ਇਹ ਨਹੀਂ ਹੈਗਾ ਸਿਵਲ ਕੇਸਾਂ ਦਾ ਫ੍ਰੀ ਲੀਗਲ ਏਡ ਬੰਦੀ ਮਿਲਣੀ ਹੈ ਕਿਸੇ ਲੋਕ ਨੂੰ। ਫ੍ਰੀ ਲੀਗਲ ਏਡ ਸਿਵਲ ਹੋਵੇ ਚਾਹੇ ਫੌਜਦਾਰੀ ਹੋਵੇ ਚਾਹੇ ਕਿਸੇ ਵੀ ਕੈਟਾਗਰੀ ਦਾ ਹੋਵੇ, ਹਰ ਕਿਸੇ ਨੂੰ ਅਸੀਂ ਜਿਹੜੀ ਹੈਗੀ ਆ ਸਹਾਇਤਾ ਮੁਹੱਈਆ ਕਰਦੇ। ਕੀ ਮੈਸੇਜ ਦੇਣਾ ਚਾਹੋਗੇ? ਮੇਰਾ ਤਾਂ ਮੈਸੇਜ ਇਹੀ ਹੈ ਵੀ ਜਿਹੜੀ ਇਹ ਸਰਕਾਰ ਦੀ ਜਿਹੜੀ ਸਕੀਮ ਆ ਇਹਦਾ ਵੱਧ ਤੋਂ ਵੱਧ ਜਿਹੜੇ ਹੈਗੇ ਲੋਕ ਇਹਦਾ ਫਾਇਦਾ ਚੱਕਣ, ਕਿਉਂਕਿ ਜਿਹੜੀ ਇਹ ਸਕੀਮ ਹੈਗੀ ਜਿਹੜੀ ਸਰਕਾਰ ਦੀ ਸਕੀਮ ਹੈ ਉਹ ਲੋਕਾਂ ਦੇ ਭਲੇ ਲਈ ਬਣੀ ਹੋਈ ਹੈ ਔਰ ਲੋਕਾਂ ਦਾ ਭਲਾ ਤਾਂ ਹੀ ਹੋ ਸਕਦਾ ਜਦੋਂ ਇਹ ਸਕੀਮ ਦਾ ਇਹ ਫਾਇਦਾ ਚੱਕ।